ਇਹ ਪੰਜਾਬੀ ਵੀਡੀਓ ਆਪ ਤੱਕ ਪਹੁੰਚਾਇਆ ਜਾ ਰਹਾ ਹੈ ਬਾਲੀਵੁੱਡ ਐਕਟਿੰਗ ਕਲਾਸਿਜ਼ ਔਰ ਟ੍ਰਿਪਸੀਮੋਥੈਰਾਪੀ ਕੇ ਸੌਜਨਿਆ ਸੇ ਹੈਲੋ ਜੀ ਕੁਛ ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾਇਆ ਸੀ ਕਿ ਆਪਣੀ ਆਰਤੀ ਆਪਣਾ ਸਿਮਰਨ ਆਪ ਬਣਾਓ ਤੇ ਫਿਰ ਨਜ਼ਾਰਾ ਦੇਖੋ ਕੀ ਹੁੰਦਾ ਤੇ ਉਹਦਾ ਵਧੀਆ ਉਪਰਕੋਰ ਰਿਸਪੌਂਸ ਆਇਆ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਪਾਂ ਸੋਚਿਆ ਫਿਰ ਇਹਨੂੰ ਅੱਗੇ ਵਧਾਇਆ ਜਾਏ ਹਨਾ ਹੋਰ ਵੀ ਅੱਗੇ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਤਾਂ ਅਜੇ ਸ਼ੁਰੂਆਤ ਹੈ ਕਿ ਕਿਸ ਤਰ੍ਹਾਂ ਆਪਾਂ ਆਪਣੀ ਜ਼ਿੰਦਗੀ ਦਾ ਕਮਾਂਡਰ ਖੁਦ ਬਣ ਸਕਦੇ ਹਾਂ ਜਿੰਨੀਆਂ ਚੀਜ਼ਾਂ ਇੱਥੇ ਆਪਾਂ ਨੂੰ ਚਾਹੀਦੀਆਂ ਨੇ ਇਸ ਜ਼ਿੰਦਗੀ ਦੇ ਵਿੱਚ ਇਸ ਪਲੈਨੈਟ ਦੇ ਵਿੱਚ ਉਹ ਆਪਾਂ ਬਿਨਾਂ ਝਿਜਕ ਬੜੀ ਆਸਾਨੀ ਨਾਲ ਹਾਸਲ ਕਰ ਸਕਦੇ ਹਾਂ ਅੱਛੀ ਸਿਹਤ ਤੋਂ ਲੈ ਕੇ ਚੰਗੀ ਦੌਲਤ ਵਧੀਆ ਜੀਵਨ ਚੰਗੇ ਬੱਚੇ ਚੰਗੇ ਅਗਬਰਚਿਆਂ ਦੇ ਬੱਚੇ ਹੋਰ ਤੇ ਸੁੱਖ ਸਹੂਲਤਾਂ ਸਾਰੀਆਂ ਲਗਜ਼ਰੀਜ਼ ਜੰਨੀਆਂ ਹੈਗੀਆਂ ਸਾਰੇ ਸੁੱਖ ਸੁਵਿਧਾ ਆਪਾਂ ਬਹੁਤ ਰਾਜਾ ਬਣ ਕੇ ਇੱਥੇ ਜੀ ਸਕਦੇ ਆ ਤੇ ਦੂਜਿਆਂ ਨੂੰ ਵੀ ਉੱਪਰ ਲਿਆ ਸਕਦੇ ਆ ਬੜੇ ਸਿੰਪਲ ਜੀਆਂ ਚੀਜ਼ਾਂ ਨੇ ਇਹ ਤੇ ਚਲੋ ਆਪਾਂ ਅੱਗੇ ਗੱਲ ਕਰੀਏ ਇਹ ਤਾਂ ਆਪਾਂ ਦੇਖ ਲਿਆ ਕਿ ਆਪਣਾ ਸਿਮਰਨ ਕਿਸ ਤਰ੍ਹਾਂ ਹੁੰਦਾ ਹੈ ਆਪਣੀ ਆਰਤੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਜੋ ਵੀ ਤੁਹਾਡੇ ਅ ਦਿਲ ਦੇ ਵਿੱਚ ਮਨ ਦੇ ਵਿੱਚ ਅੰਤਹਿ ਕਰਨ ਦੇ ਵਿੱਚ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਅੰਦਰ ਦਬੀ ਹੋਈ ਦਿਲ ਦੀ ਪਰਤ ਵਿੱਚ ਜੋ ਵੀ ਇੱਛਾ ਹੈ ਉਹਨੂੰ ਬਾਹਰ ਲਿਆਓ ਉਦੇ ਨਾਲ ਜੁੜੋ ਜਦੋਂ ਉਹਦੇ ਨਾਲ ਜੁੜ ਗਏ ਉਹ ਅਮੀਰੀ ਫਿਰ ਬਾਹਰ ਝਲਕਦੀ ਹੈ ਤੇ ਇਸ ਤਰ੍ਹਾਂ ਹੀ ਆਪਾਂ ਚਲੋ ਹੋਰ ਉਹਨੂੰ ਸਰਲ ਕਰਕੇ ਅੱਜ ਸਮਝਾਉਨੇ ਆ ਕੋਸ਼ਿਸ਼ ਕਰਦੇ ਆ ਚਲੋ ਆਪਾਂ ਪੰਜ ਚੀਜ਼ਾਂ ਕਰ ਮੈਂ ਤੁਹਾਨੂੰ ਕਹਾ ਕਿ ਤੁਸੀਂ ਪੰਜ ਚੀਜ਼ਾਂ ਜੋ ਵੀ ਤੁਹਾਡੀ ਮਨ ਦੀ ਖਾਹਿਸ਼ ਹੈਗੀ ਉਹ ਪੰਜ ਚੀਜ਼ਾਂ ਦੇ ਬਾਰੇ ਦੱਸੋ ਜਾਂ ਸੋਚੋ ਜੇ ਹੋ ਸਕੇ ਤੁਸੀਂ ਅਗਰ ਕੰਫਰਟੇਬਲ ਫੀਲ ਕਰਦੇ ਹੋ ਤਾਂ ਨੀਚੇ ਕਮੈਂਟਸ ਦੇ ਵਿੱਚ ਵੀ ਲਿਖ ਸਕਦੇ ਹੋ ਕਿ ਕਿਹੜੀਆਂ ਪੰਜ ਚੀਜ਼ਾਂ ਨੇ ਕਿਸੇ ਨੂੰ ਕੋਈ ਚਾਹੀਦਾ ਹੈ ਕੋਈ ਸੌਰੀ ਕੋਈ ਸੋਚਦਾ ਹੈ ਕਿ ਮੇਰੇ ਬੱਚੇ ਅੱਛੇ ਹੋਣ ਕੁਸ਼ਹਾਲ ਬੱਚੇ ਅਮੀਰ ਬੱਚੇ ਕੋਈ ਸੋਚਦਾ ਹੈ ਕਿ ਮੇਰੀ ਆਹ ਬਿਮਾਰੀ ਫਲਾਣੀ ਬਿਮਾਰੀ ਮੇਰੀ ਦੂਰ ਚਲੀ ਜਾਵੇ ਮੇਰੇ ਪਾਸ ਪੂਰਨ ਨਿਰੋਗੀ ਸਿਹਤ ਹੋਵੇ ਹੈਨਾ ਇਹ ਅਲੱਗ-ਅਲੱਗ ਤਰ੍ਹਾਂ ਦੇ ਕੋਈ ਵੀ ਕੁਝ ਵੀ ਇਸ ਤਰ੍ਹਾਂ ਦਾ ਪੰਜ ਚੀਜ਼ਾਂ ਹੋ ਸਕਦੀਆਂ ਨੇ ਤੁਸੀਂ ਲਿਖੋ ਜਾਂ ਸੋਚੋ ਔਰ ਦੂਸਰੀ ਗੱਲ ਹੈ ਕਿ ਜਦੋਂ ਆਪਾਂ ਚਿੰਤਨ ਕਰਦੇ ਆ ਆਪਣਾ ਸੁਮਰਨ ਆਪ ਬਣਾਉਣੇ ਆ ਜਦੋਂ ਆਪਾਂ ਕੋਈ ਆਪਣੀ ਆਰਤੀ ਦੇ ਸ਼ਬਦ ਆਪਾਂ ਆਪ ਬਣਾਉਂਦੇ ਆ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ 네ਗੇਟਿਵ ਚੀਜ਼ਾਂ ਨਹੀਂ ਲਿਖਣੀਆਂ ਜੇ ਸਿਹਤ ਚਾਹੀਦੀ ਹੈ ਤਾਂ ਸਿਹਤ ਹੀ ਲਿਖਣਾ ਸਿਹਤ ਪੂਰਨ ਸਿਹਤ ਇਹ ਨਹੀਂ ਲਿਖਣਾ ਕਿ ਮੇਰੀ ਬਿਮਾਰੀ ਦੂਰ ਚਲੀ ਜਾਵੇ ਕਿਉਂਕਿ ਮਨ ਜਿਹੜਾ ਹੈਗਾ ਨਾ ਇਹਨੇ ਉਹ ਕੀਵਰਡ ਉਹ ਜਿਹੜਾ ਮੋਟਾ ਸ਼ਬਦ ਹੈਗਾ ਤਾਂ ਉਹਨੇ ਇਹ ਉਹਨੂੰ ਫੜ ਲੈਣਾ ਇਹ ਹੋਰ ਨਹੀਂ ਸੈਂਟੈਂਸ ਆਪਾਂ ਪੂਰਾ ਕੀ ਬਣਾਉਣਾ ਹੈ ਵਾਕ ਪੂਰਾ ਕੀ ਬਣਾਉਣਾ ਹੈ ਸ਼ਬਦ ਦੀ ਲਾਈਨ ਪੂਰੀ ਕੀ ਕਹਿਣੀ ਹੈ ਉਹਦੇ ਨਾਲ ਇਹਦਾ ਕੋਈ ਸਾਰੋਕਾਰ ਨਹੀਂ ਹੈ ਇਹਨੇ ਤਾਂ ਸਿਰਫ ਉਹ ਸ਼ਬਦ ਫੜ ਲੈਣਾ ਹੈ ਉਹ ਅੱਖਰ ਫੜ ਲੈਣਾ ਹੈ ਜਿਹੜਾ ਕਹਤਾ ਚੰਗੀ ਚੀਜ਼ ਕਹਾਂਗੇ ਤਾਂ ਚੰਗੀ ਫੜਨੀ ਹੈ ਉਹਦੇ ਰਿਜ਼ਲਟ ਚੰਗੇ ਆਉਣਗੇ ਤੇ ਜੇ 네ਗੇਟਿਵ ਫੜ ਲਈ ਤਾਂ ਉਹ ਰਿਜ਼ਲਟ ਵੀ ਫਿਰ 네ਗੇਟਿਵ ਆਉਣਗੇ ਜੇ ਸ਼ਾਂਤੀ ਚਾਹਿੰਦੀ ਹੈ ਸੁੱਖ ਸ਼ਾਂਤੀ ਚਾਹਿੰਦੀ ਹੈ ਸਪੋਜ ਆਪਣੇ ਘਰੇ ਲੜਾਈ ਹੁੰਦੀ ਹੈ ਤਾਂ ਇਹ ਨਹੀਂ ਕਹਿਣਾ ਕਿ ਸਾਡੇ ਘਰੇ ਲੜਾਈ ਨਾ ਹੋਵੇ ਲੜਾਈ 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 ਹੋਏਗੀ ਤਾਂ ਸਾਲੀ ਲੜਾਈ ਹੋਈ ਹੋਣੀ ਹੈ ਤਾਂ ਆਪਾਂ ਨੇ ਕਿਹਾ ਘਰ ਚ ਸੁਖ ਸ਼ਾਂਤੀ ਹੋਵੇ ਜਿਹੜੀ ਪੋਜ਼ਿਟਿਵ ਚੀਜ਼ ਹੈ ਉਹਨੇ ਖੁਸ਼ ਹੋ ਕੇ ਗਦਗਦ ਹੋ ਕੇ ਜਿਹੜੀ 25 ਕਹਾਂਗੇ ਨਾ ਕਿ ਮੈਂ ਰੱਬ ਦਾ ਬੰਦਾ ਰੱਬ ਦਾ ਬੱਚਾ ਹੈ ਨਾ ਸਾਰੀਆਂ ਬਰਕਤਾਂ ਨਾਲ ਭਰਿਆ ਹੋਇਆ ਇਸ ਤਰ੍ਹਾਂ ਗਦਗਦ ਹੋ ਕੇ ਜਿਹੜੀ ਖੁਸ਼ੀ ਹੋ ਕੇ ਜਿਹੜੀ ਚਿੰਗਾੜੀ ਨਾਲ ਜਿਹੜੀ ਅੱਗ ਨਾਲ ਜਿਹੜੀ ਇੱਕ ਕੀ ਚਿੰਗਾੜੀ ਨਾਲ ਹੈ ਨਾ ਟਸ਼ਨ ਨਾਲ ਜਿਹੜੀ ਚੀਜ਼ ਕਹੀ ਜਾਂਦੀ ਹੈ ਉਹਦਾ ਜਿਹੜੀ ਬਰਕਤ ਹੈ ਉਹਦਾ ਜਿਹੜਾ ਫਾਇਦਾ ਹੈ ਉਹ ਤੁਰੰਤ ਹੁੰਦਾ ਹੈ ਪੱਥਰ ਤੇ ਲਖੀਰ ਇਹ ਫਾਰਮੂਲਾ ਹੈ ਇਹ ਲਾਅ ਹੈ ਜਿਹੜਾ ਕੋਈ ਚੀਜ਼ ਇਦਾਂ ਪੱਕੀ ਹੋ ਜਾਵੇ ਨਾ ਉਹਨੂੰ ਆਪਾਂ ਕਹਿ ਦਿੰਦੇ ਆ ਇਹ ਕਾਨੂੰਨ ਹੈ ਕੋਈ ਪੱਕੀ ਚੀਜ਼ ਹੋਵੇ ਨਾ اٹਲ ਚੀਜ਼ ਹੋਵੇ اٹਲ ਸਚਾਈ ਹੋਵੇ ਆਪਾਂ ਕੀ ਕਹਿੰਦੇ ਆ ਇਹ ਕਾਨੂੰਨ ਹੈ ਤਾਂ ਇਹ ਵੀ ਇੱਕ ਕਾਨੂੰਨ ਮੰਨਿਆ ਗਿਆ ਹੈ ਇਹਨੂੰ ਕਿਹਾ ਜਾਂਦਾ ਲਾ ਆਫ ਅਟਰੈਕਸ਼ਨ ਖਿੱਚ ਦਾ ਨਿਯਮ ਆ ਮੈਨੂੰ ਮਾਫ ਕਰਨਾ ਮੈਂ ਮੁੰਬਈ ਰਹਿਣ ਕਰਕੇ ਜ਼ਿਆਦਾਤਰ ਮੇਰੀ ਜ਼ੁਬਾਨ 'ਤੇ ਹਿੰਦੀ ਮਰਾਠੀ ਚੜ੍ਹੀ ਹੋਈ ਹੈ ਤਾਂ ਉਹ ਪੰਜਾਬੀ ਦੇ ਕਈ ਵਾਰੀ ਸ਼ਬਦ ਢੁਕਵੇਂ ਨਹੀਂ ਬੋਲੇ ਜਾਂਦੇ ਚਲੋ ਛੋਟੀ ਜਿਹੀ ਮੈਂ ਇੱਕ ਐਗਜਾਮਪਲ ਤੁਹਾਨੂੰ ਦੱਸਦਾ ਕਿ ਜਿਹੜੀ ਜੋ ਚੀਜ਼ ਆਪਾਂ ਚਾਹੁੰਦੇ ਹਾਂ ਪਹਿਲਾਂ ਉਹ ਕਹੀ ਜਾਵੇ ਨਾ ਤਾਂ ਫਿਰ ਉਹੀ ਚੀਜ਼ ਆਪਣੀ ਹੋ ਜਾਂਦੀ ਹੈ ਨੈਗੇਟਿਵ ਨਹੀਂ ਕਹਿਣੀ ਜਿਸ ਤਰ੍ਹਾਂ ਫੋਰ ਐਗਜਾਮਪਲ ਮੈਂ ਤੁਹਾਨੂੰ ਤਿੰਨ ਚੀਜ਼ਾਂ ਨੈਗੇਟਿਵ ਕਹਾਂ ਇਸ ਦੁਨੀਆ ਦੇ ਬਾਰੇ ਅਗਰ ਕੋਈ ਮੈਨੂੰ ਪੁੱਛੇ ਕਿ ਤੂੰ ਤਿੰਨ ਚੀਜ਼ਾਂ ਇਸ ਦੁਨੀਆ ਦੇ ਬਾਰੇ ਨੈਗੇਟਿਵ ਕਹਿ ਤਾਂ ਮੈਂ ਕੀ ਕਹੂੰਗਾ ਮੈਂ ਕਹੂੰਗਾ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਸਾਰੇ ਦੁਖੀ ਨੇ ਭੁੱਖ ਮਰੀ ਹੈ ਗਰੀਬੀ ਹੁਣ ਦੇਖੋ ਮੈਂ ਇਹ ਤਿੰਨ ਚੀਜ਼ਾਂ ਕਹੀਆਂ ਤੁਸੀਂ ਮੇਰਾ ਮੂੰਹ ਦੇਖਿਆ ਮੇਰਾ ਚਿਹਰਾ ਦੇਖਿਆ ਕਿਵੇਂ 부ਜਿਆ ਹੋਇਆ ਸੀ ਇੱਕ ਇੱਕ ਸੈੱਲ ਚਿਹਰੇ ਦਾ ਇੱਕ ਇੱਕ ਨਸ ਚਿਹਰੇ ਦੀ ਇੱਕ ਇੱਕ ਇੰਚ ਮਰੀ ਚਿਹਰੇ ਦੀ ਚਮੜੀ ਲੱਕੀ ਸੀ ਨੈਗੇਟਿਵ ਸੀ 부ਜਿਆ ਹੋਇਆ ਸੀ ਡਾਊਨ ਸੀ ਤੇ ਇਹਨੇ ਉਹ ਚੀਜ਼ਾਂ ਲੈ ਕੇ ਆਉਣੀਆਂ ਨੇ ਹਾਲਾਂਕਿ ਮੈਂ ਸੱਚਾਈ ਕਹਿ ਰਿਹਾ ਸੀ ਸੱਚੇ ਝੂਠੇ ਦੀ ਕੋਈ ਗੱਲ ਨਹੀਂ ਇੱਥੇ ਹੁਣ ਮੈਂ ਇਹਦੇ ਉਲਟ ਕਹਿਣਾ ਤਿੰਨ ਚੀਜ਼ਾਂ ਚੰਗੀਆਂ ਕਹਿਣਾ ਕੀ ਆਪਸੀ ਪਿਆਰ ਖੁਸ਼ਹਾਲ ਦੁਨੀਆ ਇੱਕ ਦੂਜੇ ਦੀ ਮਦਦ ਕਰਨ ਵਾਲੇ ਲੋਕ ਤੇ ਹੁਣ ਮੇਰਾ ਚਿਹਰਾ ਦੇਖੋ ਜਦੋਂ ਮੈਂ ਇਹ ਤਿੰਨ ਚੀਜ਼ਾਂ ਕਹਿ ਰਿਹਾ ਸੀ ਫਟਦੀਆਂ ਨੇ ਨਾ ਅੰਦਰੋਂ ਚੀਜ਼ਾਂ ਵਧੀਆ ਇੱਕ ਇੱਕ ਸੈੱਲ ਕੀ ਸੀਗਾ ਵਧੀਆ ਸੀ ਫੇਸ਼ੀਅਲ ਨਰਵ ਕਿ ਸੀ ਬਿਲਕੁਲ ਰਿਲੈਕਸ ਸੀ ਫੇਸ਼ੀਅਲ ਨਰਵ ਦਾ ਮਸਲ ਦੇ ਨਾਲ ਫੇਸ਼ੀਅਲ ਮਸਲਸ ਦੇ ਨਾਲ ਤਾਲਮਿਲ ਵਧੀਆ ਸੀਗਾ ਲੂਜ਼ ਸੀਗਾ ਤਾਂ ਉਹਦੇ ਅੰਦਰੋਂ ਜਿਹੜੀਆਂ ਕੈਪਿਲਰੀਜ਼ ਬਲੱਡ ਲੈ ਕੇ ਜਾਂਦੀਆਂ ਨੇ ਜਿਹੜੇ ਬੰਦੇ ਸੈਂਸ ਜਾਣਦੇ ਨੇ ਉਹ ਆਰਾਮ ਨਾਲ ਉਹਨਾਂ ਨੂੰ ਪੋਸ਼ਣ ਉਹਦਾ ਹੋ ਰਿਹਾ ਸੀ ਚਿਹਰੇ ਤੇ ਕੀ ਆ ਰਹੀ ਸੀ 글로 ਸਮਾਈਲ ਪਰਫੁੱਲਤਾ ਇੱਕ ਵਧੀਆ ਚੀਜ਼ ਪਾ ਲੈਣ ਦੀ ਖੁਸ਼ੀ ਬਸ ਇੰਨਕ ਇੰਨੀ ਕ ਚੀਜ਼ ਫੜ ਲੈਣੀ ਆ ਆਪਾਂ ਨੇ ਸਮਝ ਗਏ ਸ਼ਾਇਦ ਹਨਾ ਕੋਈ ਗੱਲ ਨਹੀਂ ਬਹੁਤ ਸਾਰੇ ਲੋਕ ਸਮਝੇ ਹੋਣਗੇ ਬਹੁਤ ਸਾਰੇ ਨਹੀਂ ਵੀ ਸਮਝੇ ਹੋਣਗੇ ਕੋਈ ਗੱਲ ਨਹੀਂ ਐਦਾਂ ਆਪਾਂ ਲੱਗੇ ਰਹਨੇ ਆ ਆ ਡੰਕਾ বাজਾਈ ਜਾਈਏ ਟੋਲ বাজਾਈ ਜਾਈਏ ਕਿਸ ਤਰ੍ਹਾਂ ਕਿਸ ਤਰ੍ਹਾਂ ਪਹੁੰਚਾਂਗੇ ਕਿਸੇ ਨਾ ਕਿਸੇ ਕੰਨ ਚ ਤੁਹਾਡੇ ਦੁਆਰਾ ਮੇਰੇ ਕੰਨ ਚ ਵੀ ਪੈ ਰਹੀ ਹੈ ਇਹ ਚੀਜ਼ ਮੇਰੇ ਦੁਆਰਾ ਤੁਹਾਡੇ ਕੰਨ ਚ ਵੀ ਪੈ ਰਹੀ ਹੈ ਤਾਂ ਆਪਾਂ ਦੋਵੇਂ ਕੀ ਹੋ ਰਹੇ ਆ ਗਰੋ ਹੋ ਰਹੇ ਆ ਛੋਟੀ ਜੀ ਐਗਜ਼ਾਮਪਲ ਦਿੰਨਾ ਤੁਹਾਨੂੰ ਮੈਂ ਐਕਟਰ ਆਮ ਐਨ ਐਕਟਰ ਇਨ ਫਿਲਮ ਇੰਡਸਟਰੀ ਸਿንስ 1988 ਤੇ ਹੁਣ ਅੱਛੇ ਕੈਨੇਡਾ ਵਿੱਚ ਮੈਂ ਰੱਬ ਨੇ ਬਹੁਤ ਕੁਝ ਬਖਸ਼ਿਆ ਹੋਇਆ ਹੈ ਤੇ ਥੋੜੇ ਦਿਨ ਪਹਿਲਾਂ ਮੇਰੇ ਮਨ 'ਚ ਇਦਾਂ ਹੀ ਖਿਆਲ ਆਇਆ ਕਿ ਚਲੋ ਆਪਣੀ ਹோம் ਪ੍ਰੋਡਕਸ਼ਨ ਕੁਝ ਕੀਤਾ ਜਾਵੇ ਹੈਨਾ ਲਿਖਿਆ ਜਾਵੇ ਬਣਾਈ ਜਾਵੇ ਫਿਲਮ ਆਪਣੇ ਐਕਟਰ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਲੈ ਕੇ ਆਪਾਂ ਛੋਟਾ ਜਿਹਾ ਐਕਸਪੈਰੀਮੈਂਟ ਕਰਦੇ ਆ ਮੈਂ ਇਹ ਨਹੀਂ ਸੋਚਿਆ ਕਿ ਫਿਲਮ ਕਿਵੇਂ ਬਣੇਗੀ ਕੈਮਰਾਮੈਨ ਕਿੱਥੋਂ ਮਿਲੇਗਾ ਟੈਕਨੀਸ਼ੀਅਨ ਕਿੱਥੋਂ ਮਿਲਣਗੇ ਬਜਟ ਕਿੱਥੋਂ ਹੋਏਗਾ ਨਾ ਮੈਂ ਕਿ ਸੋਚਿਆ ਕਿ ਬੜੀਆ ਹਾਲ ਦੇ ਵਿੱਚ ਫਿਲਮ ਦੇਖ ਰਹੇ ਆਪਾਂ ਫਿਲਮ ਆਪਣੀ ਦਿਖਾਈ ਜਾ ਰਹੀ ਹੈ ਦੇਖੋ ਅੱਜ ਲਿਖੀ ਨਹੀਂ ਕੁਛ ਨਹੀਂ ਕੀਤਾ ਰਾਈਟ ਫਿਲਮ ਵਿਖਾਈ ਜਾ ਰਹੀ ਹੈ ਤੇ ਮੈਂ ਫਿਲਮ ਦੇਖ ਰਿਹਾ ਠੀਕ ਹੈ ਪ੍ਰੈਸ ਕਵਰੇਜ ਹੋ ਰਹੀ ਹੈ ਜਰਨਲਿਸਟ ਆਏ ਹੋਏ ਨੇ ਵਾਹ ਵਾਹ ਹੋ ਰਹੀ ਹੈ ਉੱਥੇ ਇਹ ਕੀ ਹੋਇਆ ਇਹ ਮੈਂ ਡੇਲੀ ਚੀਜ਼ ਸੋਚਦਾ ਸੀ ਅਣਜਾਣ ਚ ਕਹ ਲਓ ਭੋਲੇ ਪੰਚ ਕਹ ਲਓ ਭੋਲੇ ਭਾ ਮਲੇ ਅਥੇ ਭੋਲੇ ਪੰਚ ਦੇ ਵਿੱਚ ਰਗੂਨਾਥ ਮਿਲ ਜਾਂਦੇ ਨੇ ਤੁਸੀਂ ਸਭ ਨੇ ਸੁਣਿਆ ਹੋਵੇਗਾ ਭੋਲੇ ਭਾ ਦੇ ਵਿੱਚ ਰੱਬ ਮਿਲ ਜਾਂਦਾ ਹੈ ਭੋਲੇ ਪੰਚ ਦੇ ਵਿੱਚ ਇਹੋ ਜਿਹੀ ਬਚਕਾਨੀ ਹਰਕਤ ਦੇ ਵਿੱਚ ਫਿਲਮ ਲਿਖੀ ਵੀ ਗਈ ਐਕਟਰ ਵੀ ਆਰਾਮ ਨਾਲ ਆ ਗਏ ਟੈਕਨੀਸ਼ੀਅਨ ਵੀ ਆ ਗਏ ਐਡੀਟਰ ਆ ਗਿਆ ਸਭ ਕੁਝ ਆ ਗਿਆ ਬਜਟ ਵੀ ਹੋ ਗਿਆ ਪੋਸਟਰ ਵੀ ਬਣ ਗਿਆ ਰਿਲੀਜ਼ ਵੀ ਹੋ ਗਈ ਉਸੇ ਹਾਲ ਦੇ ਵਿੱਚ ਫਿਲਮ ਦਿਖਾਈ ਗਈ ਪ੍ਰੈਸ ਨੇ ਬਹੁਤ ਸੋਹਣੀ ਕਵਰੇਜ ਕੀਤੀ ਪੇਪਰਾਂ ਦੇ ਵਿੱਚ ਵੀ ਨਿਊਜ਼ ਆ ਗਈ ਹਨਾ ਹੋਰ ਕੀ ਚਾਹੀਦਾ ਸੀ ਲੇਕਿਨ ਇੱਥੇ ਸੇ ਸਭ ਕੁਝ ਕਿ ਫਿਲਮ ਹੋ ਰਹੀ ਹੈ ਕੰਪਲੀਟ ਹੋ ਰਹੀ ਹੈ ਤਾਂ ਇਹ ਤਾਂ ਚਲੋ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਕੁਝ ਵੀ ਤੁਸੀਂ ਇਦਾਂ ਲਿਖ ਸਕਦੇ ਹੋ ਆਪਣਾ ਆਪਣੇ ਬਾਰੇ ਚਲੋ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਕਿਹਾ ਸੀ ਪੰਜ ਚੀਜ਼ਾਂ ਆਪਣੇ ਬਾਰੇ ਸੋਚੋ ਸੋਚ ਲਈਆਂ ਹੋਣਗੀਆਂ ਤੁਸੀਂ ਨਹੀਂ ਤਾਂ ਕੋਈ ਵੀ ਆਪਣੇ ਹੈਲਥ ਤੋਂ ਆਪਣੇ ਪਰਸਨਲ ਵਿਅਕਤੀਤਵ ਤੋਂ ਆਪਣੀ ਪਰਸਨੈਲਿਟੀ ਤੋਂ ਸ਼ੁਰੂ ਕਰ ਸਕਦੇ ਹੋ ਪਰ ਤੁਸੀਂ ਹੋਰ ਵੀ ਕੋਈ ਚੀਜ਼ ਉਹਦੇ ਵਿੱਚ ਐਡ ਕਰ ਸਕਦੇ ਹੋ ਇੱਕ ਕਾਪੀ ਲਗਾ ਲਓ ਇੱਕ ਨੋਟਬੁੱਕ ਲਗਾ ਲਓ ਜਿਹਨੂੰ ਜਰਨਲ ਕਿਹਾ ਜਾਂਦਾ ਹੈ ਜਾਂ ਕੁਝ ਵੀ ਤੁਸੀਂ ਉਹਨੂੰ ਉਹਦਾ ਨਾਮ ਦੇ ਸਕਦੇ ਹੋ ਡਾਇਰੀ ਕਹਿ ਸਕਦੇ ਹੋ ਜਰਨਲ ਕਹਿ ਸਕਦੇ ਹੋ ਉਹਨੂੰ ਹੋਰ ਕੋਈ ਨਾ ਦੇਖੇ ਤੁਹਾਡੀ ਆਪਣੀ ਪੰਜਾਬੀ ਵਿੱਚ ਲਿਖੋ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਕੋਡ ਵਰਡ ਵਿੱਚ ਲਿਖੋ ਕੋਈ ਗੱਲ ਨਹੀਂ ਕਿਉਂਕਿ ਉਹ ਤੁਹਾਡੇ ਹੀ ਕੰਮ ਆਏਗੀ ਤੁਹਾਡੇ ਆਪਣੇ ਸ਼ਰਤ ਨੇ ਉਹਦੇ ਵਿੱਚ ਲਿਖੇ ਹੋਏ ਸ਼ਬਦਾਂ ਦਾ ਫਿਕਰਾ ਨਹੀਂ ਬਣਾਉਣਾ ਸ਼ਬਦਾਂ ਦਾ ਸੈਂਟੈਂਸ ਨਹੀਂ ਬਣਾਉਣਾ ਜੇ ਬਹਾਦਰ ਲਿਖਣਾ ਕਿ ਮੈਂ ਬਹਾਦਰ ਹੋਵਾਂ ਮੈਂ ਬਹਾਦਰ ਬਣ ਜਾਊਗਾ ਇਹ ਨਹੀਂ ਕਰਨਾ ਲਿਖਣਾ ਹੈ ਕਿ ਮੈਂ ਬਸ ਬਹਾਦਰ ਓਨਲੀ ਸ਼ਬਦ ਲਿਖਣਾ ਹੈ ਤੁਸੀਂ ਲਿਖਣਾ ਹੈ ਰਿਜ ਅਮੀਰ ਮਤਲਬ ਅਗਰ ਇਹ ਲਿਖੀਏ ਆਪਾਂ ਕਿ ਅਮੀਰ ਬਣਾਂਗੇ ਤਾਂ ਮੈਸੇਜ ਪਤਾ ਕੀ ਜਾ ਰਿਹਾ ਹੈ ਬ੍ਰਹਮੰਡ ਚ ਮੈਸੇਜ ਇਹ ਜਾ ਰਿਹਾ ਕਿ ਹੁਣ ਅਮੀਰੀ ਹੈ ਨਹੀਂ ਤਾਂ ਹੁਣ ਕੀ ਹੈ ਗਰੀਬੀ ਹੈ ਇਹ ਜਾ ਰਿਹਾ ਤਾਂ ਉਹ ਚੀਜ਼ ਮਿਲ ਜਣੀ ਹੈ ਕੱਲ੍ਹ ਲਈ ਸ਼ਬਦ ਲਿਖਣਾ ਇੱਕ ਚਲੋ ਆਪਣੇ ਤੋਂ ਸ਼ੁਰੂ ਕਰੋ ਕੁਝ ਸ਼ਬਦ ਤੁਹਾਨੂੰ ਮੈਂ ਦੱਸ ਦਿੰਦਾ ਜਿੱਦਾਂ ਹੈ ਨਾ ਸੋਨਾ ਸੁਨੱਖਾ ਹਸਮੁਖ ਸਹਿਜ ਅਡੋਲ ਪਰਸਨ ਇਹਨੇ ਤਾਂ ਤੁਸੀਂ ਆਮ ਆਰਾਮ ਨਾਲ ਕਹਿ ਸਕਦੇ ਹੋ ਸੋਨਾ ਸੋਣੀ ਵੀ ਹੋ ਸਕਦੀ ਹੈ ਤੁਹਾਡੇ ਚ ਬਹੁਤ ਸਾਰੀਆਂ ਲੜਕੀਆਂ ਹੋਣਗੀਆਂ ਇਹ ਵੀਡੀਓ ਦੇਖਣ ਵਾਲੀਆਂ ਬਹੁਤ ਸਾਰੇ ਵੀਰ ਹੋਣਗੇ ਦੇਖਣ ਵਾਲੇ ਸੋਨਾ ਜਾਂ ਸੋਣੀ ਜੋ ਵੀ ਤੁਸੀਂ ਹੈਗੇ ਹੋ ਸੋਨਾ ਸੁਨੱਖਾ ਹਸੂਖ ਸਹਿਜ ਅਡੋਲ ਪਰਸਨ ਇਹਨੇ ਤਾਂ ਕਹਿ ਸਕਦੇ ਹੋ ਨਾ ਇਹਨੇ ਕਹਿਲੇ ਵਸੇ ਨਹੀਂ ਬਹੁਤ ਨੇ ਉਹਦੇ ਵਿੱਚ ਤੁਸੀਂ ਸਭ ਦੇ ਆਪਣੇ ਆਪਣੀ ਚੁਆਇਸ ਹੈਗੀ ਤੁਹਾਡੀ ਆਪਣੀ ਆਪਣੀ ਇੱਛਾ ਹੈਗੀ ਹੈ ਆਪਣੀ ਆਪਣੀ ਚੋਣ ਹੈਗੀ ਸ਼ਬਦਾਂ ਦੀ ਆਪਣੀ ਆਪਣੀ ਜ਼ਰੂਰਤ ਹੈਗੀ ਹੈ ਉਸ ਜ਼ਰੂਰਤ ਦੇ ਹਿਸਾਬ ਨਾਲ ਲਿਖੋ ਕਿਉਂਕਿ ਤੁਹਾਡੇ ਜਿਹੜੇ ਹਾਲਾਤ ਨੇ ਰਜੇ ਉਹ ਮੇਰੇ ਹੈ ਨਹੀਂ ਹੈ ਨਾ ਮੇਰੇ ਕੁਝ ਹੋਰ ਨੇ ਤੇ ਤੁਹਾਡੇ ਕੁਝ ਹੋਰ ਨੇ ਤੁਸੀਂ ਉਹ ਚੀਜ਼ ਲਿਖੋ ਜੋ ਤੁਹਾਡੇ ਦਿਲ ਦੇ ਕਰੀਬ ਹੈ ਜੋ ਤੁਸੀਂ ਬਸ ਯਾਰ ਆ ਚੀਜ਼ ਮਿਲ ਜੇ ਨਾ ਇੱਕ ਵਾਰੀ ਉਹ ਚੀਜ਼ ਲਿਖੋ ਹਨ ਤੇ ਉਹਦੇ ਵਿੱਚ ਕੁਝ ਵੀ ਅੱਗੇ ਲਿਖ ਸਕਦੇ ਹੋ ਤੁਸੀਂ ਕਾਈਂਡ ਲਿਖੋਗੇ ਤਾਂ ਕਾਈਂਡ ਬਣਦੇ ਜਾਓਗੇ ਜਿਹੜੀ ਚੀਜ਼ ਵੀ ਲਿਖਤੀ ਉਹ ਤੁਸੀਂ ਬਣਦੇ ਜਾਓਗੇ ਅਗਲੇ ਵੀਡੀਓ ਚ ਆਪਾਂ ਥੋੜਾ ਜਿਹਾ ਹੋਰ ਅੱਗੇ ਚੱਲਾਂਗੇ ਤਦ ਤੱਕ ਇਜਾਜ਼ਤਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਜਿਉਂਦੇ ਬਸਦੇ ਰਹੋ बिना किसी दवाई के आप अपना स्वयं खुद का और दूसरों का इलाज कर सकते हैं जी हाँ बस उंगलियों से थोड़ा सा प्रेशर देना होता है और बहुत ही आसान है ये इसे कहते हैं त्रिप्सीमोथेरापी त्रिप्सिमोथेरापी में उंगलियों द्वारा थोड़ी सी रगड़ लगाई जाती है थोड़ा सा रब किया जाता है सहलाया जाता है और डिसऑर्डर दूर तो बहुत सी बीमारियाँ हैं लंबी चौड़ी लिस्ट है उसका आप इलाज कर सकते हैं अपना और दूसरों का तो देर किस बात की है सीखिए फ्री में ट्रिप्सिमो थेरेपी ट्रिप्सिमो थेरेपी का ये वीडियो है ट्रिप्सिमो थेरेपी चैनल के ऊपर सब्सक्राइब कीजिए और देखिए